ਹਾਂਜੀ ਜੈ ਸਿੰਘ ਜੀ ਸਵਾਗਤ ਹੈ ਜੀ। ਜੈ ਸਿੰਘ ਜੀ ਜਿੱਦਾਂ ਇਹ ਤੁਸੀਂ ਹਾਈਡ੍ਰੋਲਿਕ ਕਰੇਨ ਬਣਾਈ ਹੋਈ ਹੈ ਜੀ, ਆਮ ਵੀ ਬਹੁਤ ਜ਼ਿਆਦਾ ਆਪਾਂ ਕਰੇਨਾਂ ਦੇਖਦੇ ਹਾਂ, ਤੁਹਾਡਾ ਇਸ ਨੂੰ ਬਣਾਉਣ ਦਾ ਮਕਸਦ ਕੀ ਹੈ ਅਤੇ ਦੂਸਰਿਆਂ ਨਾਲੋਂ ਫਰਕ ਕੀ ਇਸ ਦੇ ਵਿੱਚ? ਇਹਦਾ ਜਿਹੜਾ ਮਕਸਦ ਹੈ ਜੀ, ਵੈਸੇ ਤਾਂ ਅਸੀਂ ਆਪਦੀ ਇਹ ਨਿੱਜੀ ਵਰਤੋਂ ਲਈ ਅਸੀਂ ਬਣਾਈ ਹੋਈ ਹੈ, ਕਿਉਂਕਿ ਜਿਹੜੀਆਂ ਰੈਡੀਮੇਡ ਕਰੇਨਾਂ ਆਉਂਦੀਆਂ ਨੇ ਉਹਨਾਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਕਟਾਈ ਬੜੀ ਘੱਟ ਹੁੰਦੀ ਹੈ। ਸਾਨੂੰ ਇਹ ਬਿਲਡਿੰਗ ਦੇ ਅੰਦਰ ਇਹਤੋਂ ਕੰਮ ਲੈਣਾ ਪੈਂਦਾ, ਇਸ ਕਰਕੇ ਸਾਈਜ਼ ਦੀ ਬਹੁਤ ਹੀ ਛੋਟੀ ਹੈ, ਪਰੰਤੂ ਉਚਾਈ ਆਮ ਮਸ਼ੀਨਾਂ ਤੋਂ ਇਹਦੀ ਜ਼ਿਆਦਾ ਹੈ ਜੇ ਅਸੀਂ ਉੱਪਰ ਜਾਣ ਦੀ ਗੱਲ ਕਰੀਏ। ਹਾਂਜੀ, ਅਸੀਂ ਲੰਬਾਈ ਦੇਖ ਰਹੇ ਸੀ, ਕਾਫੀ ਜ਼ਿਆਦਾ ਦੇਖ ਨਹੀਂ, ਹਲੇ ਤਾਂ ਇਸ ਤੋਂ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜੀ। ਹੁਣ ਇਸ ਟਾਈਮ ਬੱਚੇ ਕੋਈ 42 ਫੁੱਟ 'ਤੇ ਖੜ੍ਹੇ ਨੇ ਜੀ, ਇਹ 55 ਫੁੱਟ ਤੱਕ ਚਲੀ ਜਾਂਦੀ ਹੈ। ਅੱਛਾ, 55 ਫੁੱਟ ਉਚਾਈ ਹੈ? ਹਾਂਜੀ, 55 ਫੁੱਟ ਉਚਾਈ ਤੱਕ ਚਲੀ ਜਾਂਦੀ ਹੈ, ਪਰ ਸਾਡੀ ਇੱਕ ਬਦਕਿਸਮਤੀ ਹੈ ਵੀ ਸਾਡੇ ਏਰੀਏ 'ਚ ਕਰੇਨਾਂ ਬਥੇਰੀਆਂ ਨੇ, ਪਰੰਤੂ ਕਿਸੇ ਕਰੇਨ ਦੇ ਉੱਪਰ ਮੈਨ ਕੈਰੀ ਟਰਾਲੀ ਲਾਉਣ ਦਾ ਕੋਈ ਇੰਤਜ਼ਾਮ ਨਹੀਂ ਹੈ।
ਜਿਸ ਤਰ੍ਹਾਂ ਕਿ ਤੁਸੀਂ ਉੱਪਰ ਦੇਖ ਰਹੇ ਹੋ ਜਿਹੜੇ ਬੱਚੇ ਉਹ ਟਰਾਲੀ ਦੇ ਵਿੱਚ ਸੇਫ ਤਰੀਕੇ ਨਾਲ ਚੜ੍ਹੇ ਖੜ੍ਹੇ ਨੇ, ਹਾਂਜੀ, ਉਹ ਕਿਸੇ ਕਰੇਨ ਕੋਲ ਨਹੀਂ ਹੈ। ਜਦੋਂ ਕਦੇ ਇੱਥੇ ਸਾਡੇ ਕੋਈ ਦੁਰਘਟਨਾ ਹੁੰਦੀ ਹੈ, ਜਿਵੇਂ ਅਹਿਮਦਾਬਾਦ ਹੋਇਆ, ਅਹਿਮਦਾਬਾਦ 25-30 ਬੱਚੇ ਮਾਰੇ ਗਏ, ਪਿੱਛੇ ਮੋਹਾਲੀ ਦੇ ਵਿੱਚ ਵੀ ਇੰਸੀਡੈਂਟ ਹੋਇਆ, ਉਹਦੇ ਵਿੱਚ ਵੀ 3 ਲੜਕੀਆਂ ਉੱਤੇ ਮਤਲਬ ਅੱਗ ਲੱਗਣ ਕਾਰਨ ਮਤਲਬ ਮਾਰੀਆਂ ਗਈਆਂ, ਉਹਨਾਂ ਹਾਲਤਾਂ 'ਚ ਅਸੀਂ ਅਪਾਹਜ ਹੋ ਜਾਂਦੇ ਹਾਂ। ਅਤੇ ਇਹ ਜਿਹੜੀਆਂ ਜਿਸ ਤਰ੍ਹਾਂ ਇਹ ਮਸ਼ੀਨ ਹੈ, ਇਹਦੀ ਕੋਈ ਖਾਸੀਅਤ ਹੈ ਵੀ ਇਹਦੀ ਸਾਈਜ਼ ਬਹੁਤ ਛੋਟਾ ਜੀ, ਮੜਾਈ ਬਹੁਤ ਜ਼ਿਆਦਾ ਹੈ। ਆਮ ਕਰਕੇ ਜਿਹੜੀ ਮਸ਼ੀਨਾਂ ਨੂੰ 70 ਡਿਗਰੀ ਮੁੜਦੀਆਂ ਨੇ ਲੈਫਟ ਟੂ ਰਾਈਟ, ਅਤੇ ਇਹ 100 ਤੱਕ ਘੁੰਮ ਜਾਂਦੀ ਹੈ। ਅੱਛਾ, ਜਾਣੀ ਕਿ ਬਹੁਤ ਹੀ ਤੰਗ ਜਗ੍ਹਾ ਦੇ ਵਿੱਚ ਇਹ ਚਲੀ ਜਾਂਦੀ ਹੈ। ਅਤੇ ਫਿਰ ਇਹਦੀ ਮੈਨ ਕੈਰੀ, ਜਿਵੇਂ ਹੁਣ ਤੁਸੀਂ ਉੱਪਰੋਂ ਦੇਖਿਆ ਵੀ ਇੱਕ ਮੁੰਡੇ ਨੂੰ ਅਸੀਂ ਉੱਪਰੋਂ ਪਿੱਕ ਕੀਤਾ, ਤਾਂ ਇਹਦੇ ਉੱਤੇ 3 ਜਾਂ 4 ਆਦਮੀਆਂ ਨੂੰ ਅਸੀਂ ਜੇ ਕੋਈ ਰੱਬ ਨਾ ਕਰੇ ਕੋਈ ਇਹੋ ਜਿਹਾ ਹਾਦਸਾ, ਤਾਂ ਉਤਾਰ ਕੇ ਇਹਦੀ ਟਰਾਲੀ 'ਚ ਉਤਾਰ ਸਕਦੇ ਹਾਂ, ਜਾਂ ਕੋਈ ਬਿਮਾਰ ਹੈ ਜਾਂ ਕੋਈ ਹਾਦਸੇ ਦੀ ਘਟਨਾ ਜਾਂ ਕੁਛ ਵੀ ਹੈ। ਇਹ ਜਿਵੇਂ ਜੈ ਸਿੰਘ ਜੀ ਤੁਸੀਂ ਇਹਨੂੰ ਤਿਆਰ ਕਰਦੇ ਹੋ ਜੀ, ਕਿ ਇਹਦਾ ਕੀਮਤ ਦਾ ਵੀ ਫਰਕ ਹੈ ਆਮ ਬਾਜ਼ਾਰਾਂ ਬਾਜ਼ਾਰ ਦੀ ਕੀਮਤਾਂ ਨਾਲੋਂ, ਜੇ ਕੋਈ ਮੰਨ ਲਓ ਤੁਹਾਨੂੰ ਬਣਵਾਉਣ ਵਾਸਤੇ ਤੁਹਾਡੇ ਬੱਚਿਆਂ ਨੂੰ ਕਹਿ ਦਿੰਦਾ ਜੀ, ਜੀ ਕਿਉਂਕਿ ਤੁਸੀਂ ਇਹ ਪਤਾ ਹੈ ਵੀ ਤੁਸੀਂ ਸਿਖਾਉਂਦੇ ਹੋ ਫ੍ਰੀ ਬੱਚਿਆਂ ਨੂੰ, ਹੋਸਟਲ ਖਾਣਾ ਪੀਣਾ ਸਭ ਫ੍ਰੀ ਹੈ, ਹਾਂਜੀ, ਅਤੇ ਕੀ ਉਹ ਬੱਚੇ ਹੈਲਪ ਮਤਲਬ ਤੁਸੀਂ ਇੱਦਾਂ ਹੈਲਪ ਕਰ ਸਕਦੇ ਜੇ ਕੋਈ ਅਦਾਰਾ ਚਾਹੇ ਤੁਹਾਡੇ ਤੋਂ ਕਰੇਨ ਬਣਵਾਉਣੀ? ਹਾਂ, ਅਸੀਂ ਬਿਲਕੁਲ ਮਦਦ ਕਰਦੇ ਨੇ ਜੀ, ਕਿਉਂ ਨਹੀਂ, ਇਹ ਸਾਡਾ ਕੋਈ ਪੇਟੈਂਟ ਡਿਜ਼ਾਈਨ ਤਾਂ ਹੈ ਨਹੀਂ, ਠੀਕ ਹੈ, ਅਤੇ ਨਾ ਹੀ ਅਸੀਂ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਕੁਛ ਕੋਈ ਆਸ ਰੱਖਦੇ ਹਾਂ। ਅਸੀਂ ਤਾਂ ਕਹਿੰਦੇ ਵੀ ਇੱਕ ਦੇਖੋ ਮੈਂ ਆਪਣੀ ਨਿੱਜੀ ਚੀਜ਼ ਬਣਾਈ, ਹਾਂਜੀ, ਪਰ ਨਿੱਜੀ ਚੀਜ਼ ਦੇ ਉੱਪਰ ਅਸੀਂ ਥੋੜ੍ਹੇ ਬਹੁਤ ਜਿਹੜੇ ਪੈਸੇ ਨੇ ਉਹ ਖਰਚੇ, ਹਾਂਜੀ, ਜਿਹਦੇ ਨਾਲ ਕਿ ਇਹ ਪਬਲਿਕ ਦੇ ਕੰਮ ਆਉਣ ਦਾ ਵੀ ਸਾਧਨ ਬਣ ਗਿਆ ਜੀ। ਜੀ, ਵੀ ਰੱਬ ਨਾ ਕਰੇ ਕਿਸੇ ਪਬਲਿਕ ਜ਼ਰੂਰਤ ਪੈ ਜਾਵੇ, ਅਸੀਂ ਭੱਜ ਕੇ ਜਾ ਕੇ ਉਹਨਾਂ ਦੀ ਮਦਦ। ਮਤਲਬ ਤੁਸੀਂ ਸੰਗਰੂਰ ਹੈ, ਜ਼ਿਲ੍ਹਾ ਤੁਹਾਡਾ ਸੰਗਰੂਰ ਹੈ, ਹੈ ਨਾ ਜੀ, ਹਾਂਜੀ, ਅਤੇ ਜੇ ਕਿਤੇ ਵੀ ਤੁਹਾਡੀ ਮਦਦ ਲੈਣੀ ਚਾਹੇ ਤੁਸੀਂ ਸੇਵਾ ਭਾਵ ਨਾਲ ਉਹਨਾਂ ਦੀ ਤਿਆਰ ਹੋ ਮਦਦ ਕਰਨ? ਬਿਲਕੁਲ, ਅਸੀਂ ਮਦਦ ਲਈ ਤਿਆਰ। ਅੱਛਾ, ਡੀ ਸੀ ਸਾਹਿਬ ਦੇ ਧਿਆਨ 'ਚ ਹੈ ਜੀ ਸੰਗਰੂਰ ਦੇ ਜਿਹੜੇ ਆਪਣੇ ਪੰਜ ਜੋਗੀ ਸੀ? ਉਹਨਾਂ ਦੇ ਧਿਆਨ 'ਚ ਨਹੀਂ, ਇਹ ਤੁਹਾਨੂੰ ਉਹਨਾਂ ਦੇ ਧਿਆਨ 'ਚ ਲਿਆਉਣੀ ਚਾਹੀਦੀ ਹੈ, ਕਿਉਂਕਿ ਉਹ ਮੇਰਾ ਵੀਰ ਜੀ ਦਾਇਰਾ ਇੰਨਾ ਛੋਟਾ ਹੈ ਮੇਰੇ ਕੋਲ, ਕਿਉਂਕਿ ਮੈਂ ਸਾਰਾ ਦਿਨ ਬੱਚਿਆਂ ਦੇ ਨਾਲ ਪੜ੍ਹਾਈ ਕਰਵਾਉਂਦਾ ਰਹਿੰਦਾ, ਅਤੇ ਮੇਰੇ ਕੋਲ ਇੰਨਾ ਮਤਲਬ ਵਕਤ ਨਹੀਂ ਨਿਕਲਦਾ ਮੈਂ ਕਿਸੇ ਮਤਲਬ ਅਫੀਸਰ ਸਾਹਿਬਾਨ ਨੂੰ ਕੰਸਲਟ ਕਰ ਸਕਾਂ। ਹਾਂ, ਇਹ ਹੈ ਵੀ ਕਿਤੇ ਤੱਕ ਮੇਰਾ ਸੁਨੇਹਾ ਵਗ ਜੇ ਕੋਈ ਅਫੀਸਰ ਸਾਹਿਬਾਨ ਇਹਨੂੰ ਦੇਖਣਾ ਚਾਹੁਣ ਸਾਡੇ ਪੂਰੇ ਸਿਸਟਮ ਨੂੰ, ਅਸੀਂ ਜੀ ਐਂ ਕਹਿੰਦੇ ਜਦੋਂ ਮਰਜ਼ੀ ਆਉਣ। ਠੀਕ ਹੈ ਜੀ, ਅਤੇ ਇੱਕ ਜੈ ਸਿੰਘ ਜੀ ਇਸ ਤਰ੍ਹਾਂ ਲੱਗਦਾ ਜਿਵੇਂ ਚੱਲਦੇ ਚੱਲਦੇ ਆਪਾਂ ਗੱਲ ਕਰਦੇ ਹਾਂ, ਹਾਂਜੀ, ਅਤੇ ਇੱਕ ਜਾਂਦਿਆਂ ਦੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗੇ ਵੀ ਤੁਹਾਡਾ ਜ਼ਿਲ੍ਹਾ ਜਿਵੇਂ ਸੰਗਰੂਰ ਹੈ, ਕੀ ਇਹ ਸੰਗਰੂਰ ਨੂੰ ਬਖਸ਼ਿਸ਼ ਹੈ ਕੁਛ ਚੰਗਾ ਕਰਨ ਦੀ? ਕਿਉਂਕਿ ਪਿਛਲੇ ਸਾਲ ਜਿਵੇਂ ਫਤਿਹਵੀਰ ਬੱਚਾ ਉਹ ਬੋਰਵੈਲ 'ਚ ਡਿੱਗ ਗਿਆ ਸੀ, ਜੀ ਜੀ, ਤਾਂ ਉਸ ਨੂੰ ਕੱਢਣ ਦੇ ਵਿੱਚ ਵੀ ਸੰਗਰੂਰ ਜ਼ਿਲ੍ਹੇ ਦੇ ਮੰਗਵਾਲ ਪਿੰਡ ਦਾ ਗੁਰਵਿੰਦਰ ਸਿੰਘ ਸੀ, ਹਾਂਜੀ, ਅਤੇ ਅੱਜ ਵੀ ਤੁਸੀਂ ਇਹ ਸੋਚ ਕੇ ਬਣਾਇਆ ਵੀ ਜੇ ਕਿਤੇ ਆਫਤ ਆ ਜਾਏ, ਹਾਂਜੀ, ਤਾਂ ਇਸ ਤਰ੍ਹਾਂ ਦੇ ਪ੍ਰਬੰਧ ਹੈ ਨਹੀਂ ਗੇ? ਹਾਂ, ਇਸ ਤਰ੍ਹਾਂ ਦੇ ਪ੍ਰਬੰਧ ਕਿਤੇ ਨਹੀਂ ਹੈ, ਅਤੇ 5 ਮੰਜ਼ਿਲਾਂ ਤੱਕ ਜਿਵੇਂ ਤੁਸੀਂ ਕਿਹਾ ਹੋਰ ਇਹਦੀ ਲੈਂਥ ਇਹਦੀ ਐਕਸਟੈਂਸ਼ਨ ਇੱਕ ਹੋਰ ਹੈਗੀ, ਇਹ 5 ਮੰਜ਼ਿਲ ਤੱਕ ਜਾ ਸਕਦੀ ਹੈ ਜੀ। ਠੀਕ ਹੈ ਜੀ, ਅਤੇ ਉਹ ਜਿਹੜੀ ਤੁਸੀਂ ਬਖਸ਼ਿਸ਼ ਦੀ ਗੱਲ ਪੁੱਛੀ ਹੈ, ਮੈਂ ਕਹਿਣਾ ਚਾਹੁੰਦਾ ਵੀ ਸਾਡਾ ਜਿਹੜਾ ਸੰਗਰੂਰ ਜ਼ਿਲ੍ਹਾ ਹੈ, ਪ੍ਰਤਿਭਾ ਤਾਂ ਹਰ ਜਗ੍ਹਾ, ਸਾਡੇ ਲੋਕ ਕਮਰਸ਼ੀਅਲ ਨਹੀਂ ਹੈਗੇ। ਠੀਕ ਹੈ, ਸਾਡੇ ਲੋਕ ਸੇਵਾ ਭਾਵ ਹਰ ਜਗ੍ਹਾ 'ਚ ਰੱਖਦੇ ਨੇ ਜੀ, ਹਰ ਜਗ੍ਹਾ ਜਾਣਾ ਪਸੰਦ ਕਰਦੇ ਨੇ ਵੀ ਅਸੀਂ ਮੂਹਰੇ ਹੋ ਕੇ ਮਦਦ ਕਰੀਏ ਜੀ। ਜਦੋਂ ਇਹ ਚੀਜ਼ਾਂ ਕੋਈ ਵਪਾਰ ਨਾਲ ਟੱਚ ਹੋ ਜਾਂਦੀਆਂ ਨੇ, ਫਿਰ ਇਹਨਾਂ ਦਾ ਰੂਪ ਬਦਲ ਜਾਂਦਾ। ਸਹੂਲਤਾਂ ਤਾਂ ਲੋਕਾਂ ਕੋਲ ਬਹੁਤ ਜ਼ਿਆਦਾ ਨੇ, ਸਾਡੇ ਮਤਾਂ ਮੁਕਾਬਲੇ ਤਾਂ ਹਜ਼ਾਰਾਂ ਗੁਣਾ ਜ਼ਿਆਦਾ ਨੇ, ਪਰ ਕੋਈ ਸੇਵਾ ਭਾਵ ਨਹੀਂ ਰੱਖਦਾ ਤਾਂ ਉਹਨੂੰ ਕੋਈ ਲਾਜ ਨਹੀਂ। ਅਤੇ ਬਹੁਤ ਵਧੀਆ ਲੱਗਿਆ ਜੈ ਸਿੰਘ ਜੀ, ਅਤੇ ਉਮੀਦ ਹੈ ਜਿਹੜੇ ਮਾਣਯੋਗ ਡੀ ਸੀ ਸਾਹਿਬ ਨੇ ਸੰਗਰੂਰ, ਉਹ ਇੱਥੇ ਮਰਾਹੜ ਪਾਵਰ ਕੰਟਰੋਲ ਪ੍ਰਾਈਵੇਟ ਲਿਮਿਟਡ ਧੂਰੀ ਇੱਥੇ ਆਉਣਗੇ, ਅਤੇ ਇਹ ਜ਼ਰੂਰ ਇਹਨਾਂ ਦਾ ਇਹ ਉਪਰਾਲਾ ਵੇਖਣਾ ਚਾਹੀਦਾ, ਅਤੇ ਹੋਰ ਵੀ ਜਿਹੜੀ ਸਾਡੀ ਹੈ ਨਾ ਜੀ ਪ੍ਰਸ਼ਾਸਨਿਕ ਅਫਸਰ ਨੇ, ਹਾਂ, ਉਹਨਾਂ ਨੂੰ ਆਉਣਾ ਚਾਹੀਦਾ, ਪ੍ਰਸ਼ਾਸਨ ਨੂੰ ਵੇਖਣਾ ਚਾਹੀਦਾ ਤੁਹਾਡਾ ਕੰਮ। ਮਤਲਬ ਇਹ ਮਸ਼ੀਨ ਦੀ ਫਾਈਨਲ ਟੱਚ ਚੱਲ ਰਹੀ ਹੈ, ਅਸੀਂ ਚਾਹੁੰਦੇ ਹਾਂ ਸਗੋਂ ਲੋਕ ਆਉਣ, ਸਾਨੂੰ ਸੁਝਾਅ ਦੇਣ, ਅਗਰ ਕਿਤੇ ਸਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਅਸੀਂ ਹੋਰ ਦੂਰ ਕਰੀਏ, ਕੋਈ ਹੋਰ ਨਵੀਂ ਅਮੈਂਡਮੈਂਟ ਕਰੀਏ। ਜਿਵੇਂ ਤੁਸੀਂ ਦੇਖਿਆ ਤੇ ਵੀ ਪਹਿਲੀ ਗੇੜ 'ਚ ਹੇਠਾਂ ਵੀ ਹੈ, ਜਾਣੀ ਕਿ ਜੇ ਅਸੀਂ ਨਹਿਰ ਦੀ ਪਟੜੀ 'ਤੇ ਇਹਨੂੰ ਖੜਾ ਦਈਏ ਤਾਂ ਵੀ ਇਹ ਤਕਰੀਬਨ ਆਪਦੇ ਲੈਵਲ ਤੋਂ 10 ਫੁੱਟ ਹੋਰ ਹੇਠਾਂ ਚਲੀ ਜਾਂਦੀ ਹੈ, ਜਾਣੀ ਕਿ ਕੋਈ ਪਾਣੀ ਦੇ ਵਿੱਚ ਵੀ ਹੈਲਪ ਕਰਦੀ ਹੈਗੀ, ਉੱਥੇ ਵੀ ਕਰ ਲੈਂਦਾ। ਵਾਹ ਵਾਹ ਵਾਹ, ਠੀਕ, ਸਹੀ ਹੈ ਵੀ ਮਤਲਬ ਹੇਠਾਂ ਨੂੰ ਵੀ ਤੁਸੀਂ ਇਸ ਹੇਠਾਂ ਨੂੰ ਵੀ ਜਾਂਦੀ ਰੱਖੀ ਹੋਈ ਹੈ, ਠੀਕ ਹੈ, ਅਤੇ ਉਸਦਾ ਵਜਨ ਦਾ ਬੈਲੈਂਸ ਨਹੀਂ ਵਿਗੜੇਗਾ? ਨਹੀਂ ਨਹੀਂ ਨਹੀਂ, ਉਹ ਸਾਰਾ ਡਿਜ਼ਾਇਨ ਹੀ ਉਸ ਮੁਤਾਬਕ ਅਸੀਂ ਆਪਦਾ ਰੱਖਿਆ ਹੋਇਆ ਇਹਦਾ। ਅੱਛਾ, ਹਾਂਜੀ, ਠੀਕ ਹੈ। ਇਹ ਮਤਲਬ ਕਿਸੇ ਵੀ ਹੰਗਾਮੀ ਹਾਲਤ ਦੇ ਵਿੱਚ ਕਿਤੇ ਜ਼ਰੂਰਤ ਪੈਂਦੀ ਹੈ, ਠੀਕ ਹੈ, ਤਾਂ ਅਸੀਂ ਆਪਦੇ ਲੋਕਾਂ ਲਈ ਹਾਜ਼ਰ ਹਾਂ। ਠੀਕ ਹੈ। ਸੋ ਪਿਆਰੇ ਦਰਸ਼ਕੋ, ਇਹ ਸਨ ਸਾਡੇ ਨਾਲ ਸਰਦਾਰ ਜੈ ਸਿੰਘ। ਜੈ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।